ਪਿੰਡਾਂ ਵਿੱਚ ਖੇਤਾਂ ਨੂੰ ਪਾਣੀ ਲਾਉਣ ਦੇ ਲਈ ਨਹੀਂ ਮਿਲ ਰਹੀ ਬਿਜਲੀ ਸਪਲਾਈ ਦੇ ਚੱਲਦਿਆਂ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਡਕੌਂਦਾ ਵੱਲੋਂ ਸਾਂਝੇ ਤੌਰ ਉੱਤੇ ਧਰਨਾ ਲਾਇਆ ਗਿਆ। ਇਸ ਦੌਰਾਨ ਉਹਨਾਂ ਵੱਲੋਂ ਬਠਿੰਡਾ ਦੇ ਮੁਲਤਾਨੀਆ ਰੋਡ ਵਿਖੇ ਬਣੇ ਬਿਜਲੀ ਗ੍ਰਿੱਡ ਦੇ ਦਫ਼ਤਰ ਦਾ ਵੀ ਘਿਰਾਓ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਜਗਸੀਰ ਸਿੰਘ ਨੇ ਦੱਸਿਆ ਕਿ ਬਿਜਲੀ ਬੋਰਡ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ 8 ਘੰਟੇ ਬਿਜਲੀ ਸਪਲਾਈ ਦੇਣ ਦਾ ਵਾਅਦਾ ਕੀਤਾ ਸੀ, ਪਰ ਇਸ ਦੇ ਉਲਟ ਉਹਨਾਂ ਨੂੰ ਬਿਜਲੀ ਕਦੇ 5 ਘੰਟੇ ਜਾਂ ਕਦੇ 6 ਘੰਟੇ ਹੀ ਮਿਲਦੀ ਹੈ ਅਤੇ ਕੱਟ ਲੱਗਦੇ ਹਨ। ਇਸ ਦੌਰਾਨ ਉਹਨਾਂ ਦੱਸਿਆ ਕਿ ਉਹਨਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ਸੀ ਅਤੇ ਮਜਬੂਰਨ ਉਹਨਾਂ ਵੱਲੋਂ ਧਰਨਾ ਲਾਇਆ ਗਿਆ ਕਿਉਂਕਿ ਗਰਮੀ ਦਾ ਸੀਜ਼ਨ ਹੈ ਅਤੇ ਝੋਨਾ ਲੱਗਿਆ ਹੋਇਆ ਹੈ ਅਤੇ ਕੁਝ ਝੋਨਾ ਰਹਿੰਦਾ ਵੀ ਹੈ। ਇਸ ਦੌਰਾਨ ਜੇ ਝੋਨਾ ਨਾ ਲੱਗਿਆ ਤਾਂ ਲੇਬਰ ਦੀ ਵੀ ਦਿੱਕਤ ਆਉਂਦੀ ਹੈ ਕਿਉਂਕਿ ਝੋਨਾ ਨਾ ਲੱਗਣ ਕਾਰਨ ਉਹ ਚਲੀ ਜਾਂਦੀ ਹੈ। ਇਸ ਮੌਕੇ ਉਹਨਾਂ ਦੱਸਿਆ ਕਿ ਉਹਨਾਂ ਨੂੰ ਡੀਜ਼ਲ ਬਾਲ ਕੇ ਖੇਤੀ ਕਰਨੀ ਪੈਂਦੀ ਹੈ ਅਤੇ ਡੀਜ਼ਲ ਦਾ ਰੇਟ ਇਸ ਵਕਤ 90 ਰੁਪਏ ਤੋਂ ਪਾਰ ਹੋ ਚੁੱਕਿਆ ਹੈ। ਜਿਹੜਾ ਅੱਜ ਧਰਨਾ ਲਾਇਆ ਗਾ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕਾਉਂਦਾ, ਦੋਨਾਂ ਜਥੇਬੰਦੀਆਂ ਰਲ ਕੇ ਧਰਨਾ ਲਾਇਆ ਗਾ ਜੋ ਬਿਜਲੀ ਬੋਰਡ ਨੇ ਅਤੇ ਨਾਲ ਕੈਪਟਨ ਸਰਕਾਰ ਨੇ 8 ਘੰਟੇ ਬਿਜਲੀ ਨਿਰਵਿਘਨ ਸਪਲਾਈ ਕਿਸਾਨਾਂ ਨੂੰ ਦੇਣ ਦਾ ਵਾਅਦਾ ਕੀਤਾ ਸੀਗਾ। ਤਾਂ ਉਹ ਲਾਈਟ ਆ ਜਿਹੜੀ 8 ਘੰਟੇ ਨਹੀਂ ਆਉਂਦੀ, ਕਿਤੇ 5 ਘੰਟੇ ਆਉਂਦੀ, ਕਿਤੇ 6, ਕਿਤੇ 7, ਅਤੇ ਜਿਹੜਾ ਅੱਗੇ ਕਹਿੰਦੇ ਸੀ ਇਹ ਕੱਟ ਲੱਗ ਗਿਆ ਦੂਜੇ ਦਿਨ ਦਿੱਤੀ ਜਾਊਗੀ, ਹੁਣ ਉਹ ਦੂਜੇ ਦਿਨ ਦਿੱਤੀ ਨਹੀਂ ਜਾਂਦੀ ਕਿਸੇ ਲਾਈਟ ਜਿਹੜੀ, ਅਤੇ ਤਾਂ ਕਰਕੇ ਮਜਬੂਰਨ ਬਸ ਧਰਨਾ ਲਾਇਆ। ਤਾਂ ਇਹਨਾਂ ਦੇ ਅਧਿਕਾਰੀਆਂ ਨੂੰ ਵੀ ਮਿਲ ਚੁੱਕੇ ਹਾਂ, ਕਿਸੇ ਨੇ ਸਾਡੀ ਗੱਲ ਨਹੀਂ ਸੁਣੀ। ਤਾਂ ਸਾਡਾ ਗਰਮੀ ਦਾ ਟਾਈਮ ਆ, ਝੋਨੇ ਦੀ ਲਵਾਈ ਚੱਲ ਰਹੀ ਆ ਅਤੇ ਗਰਮੀ ਹੋਣ ਕਰਕੇ ਸਾਡਾ ਜਿਹੜਾ ਝੋਨਾ ਲੱਗਿਆ ਵੀ ਆ ਅਤੇ ਜਿਹੜਾ ਲਾਉਣ ਨਾਲ ਰਹਿੰਦਾ ਵੀ ਆ, ਪਹਿਲੀ ਗੱਲ ਜਿਹੜਾ ਝੋਨਾ ਲਾਉਣ ਨਾਲ ਰਹਿੰਦਾ ਗਾ ਲੇਬਰ ਦੀ ਦਿੱਕਤ ਬਣਦੀ ਆ, ਜਦੋਂ ਪਾਣੀ ਨਹੀਂ ਕੱਦੂ ਨਹੀਂ ਪੂਰਾ ਹੁੰਦਾ ਉਹ ਭੱਜਦੀ ਆ, ਉਹਨਾਂ ਨੂੰ ਦਿਹਾੜੀ ਨਹੀਂ ਪੈਂਦੀ। ਤਾਂ ਦੂਜੇ ਪਾਸੇ ਜਿਹੜਾ ਝੋਨਾ ਲੱਗਿਆ ਉਹਨਾਂ 'ਚ ਅਸੀਂ ਮਹਿੰਗੇ ਭਾਅ ਡੀਜ਼ਲ ਬਾਲ ਕੇ ਉਹ ਆਪਦੀ ਖੇਤੀ ਪਾ ਰਹੇ ਹਾਂ ਅਤੇ ਜਦੋਂ ਲਾਗਤ ਮੁੱਲ 90 ਰੁਪਏ ਤੇਲ ਹੋਇਆ ਪਿਆ ਡੀਜ਼ਲ ਦਾ, ਜਦੋਂ ਕੋਈ ਬਚਦਾ ਨਹੀਂ ਫਿਰ ਕਿਸਾਨ ਖੁਦਕੁਸ਼ੀਆਂ ਕਰਦਾ ਗਾ, ਰੱਸੇ ਪਾਉਂਦਾ ਗਾ। ਤਾਂ ਜੇ ਸਰਕਾਰਾਂ ਚੰਗੀਆਂ ਹੋਣ, ਸਾਨੂੰ ਲਾਈਟ 8 ਘੰਟੇ ਦਿੱਤੀ ਜਾਵੇ ਤਾਂ ਇਹ ਜਿਹੜੀਆਂ ਖੁਦਕੁਸ਼ੀਆਂ ਨਾ ਹੋਣ, ਤਾਂ ਜਦੋਂ ਬਚਦਾ ਨਹੀਂ ਕੁਛ ਤਾਂ ਕਰਕੇ ਖੁਦਕੁਸ਼ੀਆਂ ਹੁੰਦੀਆਂ ਅਤੇ ਮਜਬੂਰਨ ਬਸ ਅਸੀਂ ਧਰਨਾ ਇਹ ਜਿਹੜਾ ਲਾਇਆ ਗਾ। ਇਹ ਜੀ ਪਹਿਲਾਂ ਆ ਕੇ ਬੈਠੇ ਹਾਂ, ਕਿਸੇ ਨੇ ਸਾਡੀ ਗੱਲ ਨਹੀਂ ਸੁਣੀ। ਤਾਂ ਜਿੰਨਾ ਚਿਰ ਕੋਈ ਅਧਿਕਾਰੀ ਸਾਨੂੰ ਜਿਹੜੀ ਲਾਈਟ 8 ਘੰਟਿਆਂ ਦਾ ਵਿਸ਼ਵਾਸ ਦਵਾਵੇ, ਜਿਹੜੇ ਸਾਡੇ ਕੱਟ ਹੋਈ ਆ ਲਾਈਟ ਉਹ ਸਾਨੂੰ ਵਿਸ਼ਵਾਸ ਦਵਾਵੇ ਦੇਵਾਂਗੇ ਅਸੀਂ, ਇਹ ਤਾਂ ਧਰਨਾ ਚੱਕਿਆ ਜਾਊਗਾ, ਨਹੀਂ ਲਗਾਤਾਰ ਧਰਨਾ ਜਾਰੀ ਰਹੂਗਾ। ਅਤੇ ਸਾਨੂੰ ਵੀ ਪਤਾ ਜਿਹੜਾ ਧਰਨਾ ਜਿਹੜਾ ਸਾਡਾ ਸ਼ੁਰੂ ਹੁੰਦਾ 6 ਵਜੇ ਤੋਂ ਬਾਅਦ ਹੀ ਹੁੰਦਾ ਗਾ, ਉਹਨਾਂ 'ਚ ਸਾਡੀ ਗੱਲ ਨਹੀਂ ਸੁਣਦੇ, ਅਗਲਾ ਤਾਂ ਥੱਕ ਹਾਰ ਕੇ ਮੁੜ ਜਾਣਗੇ। ਤਾਂ ਅਸੀਂ ਮੋੜਨ ਵਾਲੇ ਜਥੇਬੰਦੀਆਂ ਹੈ ਨਹੀਂ ਆ, ਇੱਕ ਲੜਾਈ ਦਿੱਲੀ ਚੱਲੀ ਜਾਂਦੀ ਹੈ, ਦੂਜੀ ਪੰਜਾਬ 'ਚ, ਪੰਜਾਬ ਸਰਕਾਰ ਵੱਲੋਂ ਚੱਲੀ ਜਾਂਦੀ ਆ, ਸੰਘਰਸ਼ੀ ਘੋਲ ਚੱਲੀ ਜਾਂਦੇ ਆ, ਜਿੱਥੇ ਵੀ ਕਿਤੇ ਦਿੱਕਤ ਆਉਂਦੀ ਆ ਉਹ ਧਰਨੇ ਵਿਚਾਰੇ ਲੱਗ ਕੇ ਹੀ ਮਸਲੇ ਹੱਲ ਹੁੰਦੇ ਆ, ਉਹ ਸੁਣਦਾ ਨਹੀਂ ਕੋਈ। ਇਹ ਖਰਾਬ ਜੀ, ਲਾਈਟ ਹੀ ਨਹੀਂ ਦੇਣੇ, ਪੂਰੀ ਲਾਈਟ ਨਹੀਂ ਦਿੱਤੀ ਇਹਨਾਂ ਨੇ, 2 ਘੰਟੇ ਦੇ ਦਿੰਦੇ ਆ, ਘੰਟਾ ਦਿੰਦੇ ਆ, ਜ਼ਿਮੀਦਾਰ ਪਹਿਲਾਂ ਪਰੇਸ਼ਾਨ ਆ, ਖੁਦਕੁਸ਼ੀਆਂ ਕਰੀ ਜਾਂਦਾ, ਇਹ ਸਮਾਂ ਦੀ ਹੋਰ ਸਾਨੂੰ ਪਰੇਸ਼ਾਨ ਕਰ ਰਹੇ ਆ। ਖਾਲੇ ਦੇ ਵਿੱਚ ਪਾਣੀ ਸੁੱਕ ਜਾਂਦਾ, ਜਦੋਂ ਨੂੰ ਕਿਆਰੇ ਦੇ ਵਿੱਚ ਪੈਂਦਾ ਉਦੋਂ ਨੂੰ ਲਾਈਟ ਕੱਟ ਦਿੰਦੇ ਆ, ਕੋਈ ਸਾਡਾ ਚੰਗੀ ਤਰ੍ਹਾਂ ਝੋਨਾ ਨਹੀਂ ਪਲ ਰਿਹਾ, ਕੋਈ ਹੋਰ ਨਹੀਂ, ਸਾਰਾ ਝੋਨਾ ਸੁੱਕਾ ਪਿਆ। ਇੱਧਰ ਤੁਸੀਂ ਮਗਰ ਝਾਤੀ ਮਾਰ ਕੇ ਦੇਖ ਲਓ, ਇੱਧਰ ਸਾਰਾ ਝੋਨਾ ਸੁੱਕਾ ਪਿਆ। ਇਹ ਜਿੰਨਾ ਚਿਰ ਸਾਨੂੰ ਪੂਰੀ 8 ਘੰਟੇ ਲਾਈਟ ਨਹੀਂ ਦਿੰਦੇ ਜੀ, ਉਨਾ ਚਿਰ ਸਾਡਾ ਧਰਨਾ ਪੂਰਾ ਜਾਰੀ ਰਹੂਗਾ। ਅਤੇ ਜਿਵੇਂ ਬਾਈ ਜੀ ਨੇ ਪਹਿਲਾਂ ਦੱਸਿਆ ਵੀ ਧਰਨੇ ਲਾ ਕੇ ਹੀ ਸੁਣਵਾਈ ਹੁੰਦੀ ਆ, ਅਦਰਵਾਈਜ਼ ਸਾਨੂੰ ਕੋਈ ਨਹੀਂ ਪੁੱਛਦਾ। ਬਠਿੰਡਾ ਤੋਂ ਸੁਖਮੰਦਰ ਸਿੰਘ ਦੀ ਰਿਪੋਰਟ।